आख्या कालू रविंदर कहिंदा उहने ना पीती बड़ी आ, उहने इत्थे सौं जाणा वा। असीं उहनां दे घर पहुंचे, उहनां दे अंदरों जंद कुंडे लगे सी, मैं गेट खड़काया, गेट खोलिया, अंदर जाके वेख्या मेरा पुत मंजी ते लम्मे पिया। मैं उहदे मूंह दे विच उंगल पाई, उहदे बुल काले हो चुके सी। मां उहदे जेठ दे बेटे नूं नाल लै के घरे गई, उहनां दे गेट खड़काए, उह सुत्ते पए, कूक सुत्ते पए। उहदे मूंह चों झग निकल रही, नक चों झग निकली, और कहिंदी सुत्ता पिया मुंडा। उत्थों असीं चक्किया, हॉस्पिटल लैके गए, हॉस्पिटल कहिंदे मुंडा डैड। हाय कालू, तू तो इन्ना सुत्ता, हाय तो है नहीं गा, इन्हें की खाधा? आंदा इन्हें शराब पीती। मैं इन्हें शराब नहीं पीती, मैनू नहीं पता इन्हें की खाधा है, पर मेरा पुत है नहीं तो तू आखण डिया सुत्ता आ। उन्हें फोन चक्या, कहिंदा जी इन्हें ओवर ड्रिंक कीती है बहुत ज़्यादा, ये रात इत्थे रुकेगा, सवेरे आएगा, क्योंकि माँ की देखो तड़फना होंदी है, माँ तो रहा नहीं। FIR नंबर 90-17-9-21 अंडर सैक्शन 302 IPC के तहत थाना रंगण नंगल के विच परचा दर्ज किया गया। 3 बंदियां ते बाई ने परचा दर्ज किया गया। ਰਾਜਵਿੰਦਰ ਕੌਰ ਮੇਰੇ ਬੇਟੇ ਦਾ ਨਾਂ ਰਵਿੰਦਰ ਸਿੰਘ। ਮੇਰਾ ਬੇਟਾ ਡੇਢ ਕੁ ਮਹੀਨਾ ਹੋਇਆ ਕੰਮ 'ਤੇ ਲੱਗੇ ਨੂੰ ਚੰਡੀਗੜ੍ਹ, ਅਤੇ ਮੇਰੇ ਕੋਲ ਡੀਪੂ ਆ। ਮੇਰਾ ਅੰਗੂਠਾ ਨਹੀਂ ਸੀ ਲੱਗਦਾ ਮਸ਼ੀਨ ਵਿੱਚ, 14 ਅੰਗੂਠਾ ਅਟੈਚ ਹੁੰਦਾ ਸੀ, ਤਾਂ ਉਹ ਪਹਿਲਾਂ ਤਾਂ ਸਰ ਕਹਿੰਦੇ ਰਹੇ ਵੀ ਅਸੀਂ ਲਾ ਦਿੰਦੇ, ਚੱਲ ਕੋਈ ਨਹੀਂ, ਫਿਰ ਉਹਨਾਂ ਦਾ ਨਹੀਂ ਲੱਗਾ, ਫਿਰ ਕਹਿੰਦੇ ਤੁਸੀਂ ਆਪਣੇ ਬੇਟੇ ਨੂੰ ਮੰਗਵਾ ਲਓ। ਉਹ ਇੱਕ ਦਿਨ ਵਾਸਤੇ ਮੈਂ ਮੰਗਵਾਇਆ ਕਣਕ ਵੰਡ ਕੇ, ਅਤੇ ਕਿਹੜੇ ਵਾਰ ਆਇਆ, ਪਰਸੋਂ ਆਇਆ ਵਾ, ਕੱਲ੍ਹ ਕਣਕ ਵੰਡ ਕੇ, ਅਤੇ 4:30 ਨਿਕਲ ਗਿਆ। ਦੋਸਤ ਦਾ ਫੋਨ ਆਇਆ, ਉਹਦੇ ਨਾਲ ਚੱਲ ਗਿਆ, ਅਤੇ ਮੈਂ ਪੁੱਤ ਕਿੱਥੇ ਚੱਲਿਆ? ਆਉਂਦਾ ਮੈਂ ਹੁਣੇ ਆਉਂਦਾ, ਮੇਰਾ ਪੁੱਤ ਉਹਦਾ ਚੱਲ ਗਿਆ। ਮੇਰੇ ਪੁੱਤ ਨੇ ਨਾ ਮੈਂ ਫੋਨ ਕੀਤਾ, ਰਵਿੰਦਰ ਕਿੱਥੇ ਆ? ਕਹਿੰਦਾ ਮੰਮੀ ਮੈਂ ਇੱਥੇ ਹੀ ਹਾਂ, ਮੈਂ ਲੰਗਰ ਖਾ ਲਿਆ। ਮੈਂ ਪੁੱਤ ਘਰ ਆ ਜਾ, ਤੂੰ ਕੱਲ੍ਹ ਨੂੰ ਚੱਲ ਜਾਣਾ, ਗੱਲਾਂ ਬਾਤਾਂ ਕਰੀਏ। ਆਉਂਦਾ ਮੰਮੀ ਮੈਂ ਆ ਜਾਂਦਾ, ਮੁੜ ਕੇ ਨਾ ਉਹਨੇ ਮੈਂ ਮੁੜ ਕੇ ਫੋਨ ਕੀਤਾ, ਉਹਨੂੰ ਸਵਿੱਚ ਔਫ ਕਰ ਦਿੱਤਾ। ਇਹ ਜਿਹੜਾ ਯਾਰ ਦੋਸਤ ਸੀ ਨਾ, ਉਹਦੀ ਮੰਮੀ ਦਾ ਫੋਨ ਨੰਬਰ ਸੀ ਮੇਰੇ ਕੋਲ, ਮੈਂ ਉਹਦੇ 'ਤੇ ਫੋਨ ਨੰਬਰ ਕੀਤਾ। ਕਾਲੂ ਨਾਂ ਦਾ ਮੁੰਡਾ ਮੇਰੇ ਬੇਟੇ ਦਾ ਦੋਸਤ, ਉਹਨੇ ਚੁੱਕਿਆ। ਕਾਲੂ ਮੈਨੂੰ ਨਾਂ ਦਾ ਮੈਨੂੰ ਨਾਂ ਦਾ ਕਾਲੂ ਕਹਿੰਦੇ ਆ। ਉਹਨੇ ਚੁੱਕਿਆ, ਕਹਿੰਦਾ ਮੈਂ ਆਖਿਆ ਕਾਲੂ ਰਵਿੰਦਰ, ਕਹਿੰਦਾ ਉਹਨੇ ਨਾ ਪੀਤੀ ਬੜੀ ਆ, ਉਹਨੇ ਇੱਥੇ ਸੌਂ ਜਾਣਾ ਵਾ। ਮੈਂ ਘਰ ਇਕੱਲੀ ਸੀਗੀ, ਮੈਂ ਅਤੇ ਮੇਰਾ ਬੇਟਾ ਇਕੱਲੇ ਹਾਂ। ਮੈਂ ਆਖਿਆ ਕਿਵੇਂ ਹੋ ਸਕਦਾ, ਦੂਜਾ ਘਰ ਮੇਰੀ ਭੈਣ ਦਾ। ਮੈਂ ਆਪਣੇ ਭਨੇਵੇ ਨੂੰ ਨਾਲ ਲਿਆ, ਅਸੀਂ ਮੈਂ ਸੁਖਦੀਪ ਆ ਮੇਰੇ ਨਾਲ ਰਵਿੰਦਰ ਨੂੰ ਘਰ ਲਿਆਉਣਾ ਆ। ਅਸੀਂ ਉਹਨਾਂ ਦੇ ਘਰ ਪਹੁੰਚੇ, ਉਹਨਾਂ ਦੇ ਅੰਦਰੋਂ ਕੁੰਡੇ ਲੱਗੇ ਸੀ, ਮੈਂ ਗੇਟ ਖੜਕਾਇਆ, ਗੇਟ ਖੋਲ੍ਹਿਆ, ਅੰਦਰ ਜਾ ਕੇ ਵੇਖਿਆ ਮੇਰਾ ਪੁੱਤ ਮੰਜੀ 'ਤੇ ਲੰਮੇ ਪਿਆ। ਮੈਂ ਜਦੋਂ ਉਹਦੇ ਵੱਲ ਵੇਖਿਆ ਨਾ, ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਉਹਦੇ ਮੂੰਹ ਦੇ ਉੱਤੇ ਉਹ ਹੁੰਦੀ ਆ, ਸਾਈ ਹੁੰਦੀ ਆ। ਮੈਂ ਉਹਦੇ ਮੂੰਹ ਦੇ ਵਿੱਚ ਉਂਗਲ ਪਾਈ, ਉਹਦੇ ਬੁੱਲ ਕਾਲੇ ਹੋ ਚੁੱਕੇ ਸੀ, ਉਹਨੂੰ ਦੰਦਲ ਪਈ। ਹਾਏ ਕਾਲੂ, ਤੂੰ ਤਾਂ ਇੰਨਾ ਸੁੱਤਾ, ਹਾਏ ਤਾਂ ਹੈ ਨਹੀਂ ਗਾ, ਇਹਨੇ ਕੀ ਖਾਧਾ? ਆਉਂਦਾ ਇਹਨੇ ਸ਼ਰਾਬ ਪੀਤੀ ਆ। ਮੈਂ ਇਹਨੇ ਸ਼ਰਾਬ ਨਹੀਂ ਪੀਤੀ, ਮੈਨੂੰ ਨਹੀਂ ਪਤਾ ਇਹਨੇ ਕੀ ਖਾਧਾ ਆ, ਪਰ ਮੇਰਾ ਪੁੱਤ ਹੈ ਨਹੀਂ ਤਾਂ ਤੂੰ ਆਖਣ ਡਿਆ ਸੁੱਤਾ ਆ, ਤੂੰ ਇੰਨਾ ਸੁੱਤਾ ਆ। 4 ਵਜੇ ਜਦੋਂ ਕਣਕ ਵੰਡ ਕੇ ਫ੍ਰੀ ਹੋਇਆ, ਉਦੋਂ ਆਪਣੇ ਦੋਸਤ ਦੇ ਵੀ ਕਹਿੰਦੇ ਗੱਲ ਫੋਨ ਆਇਆ ਵੀ ਮੈਂ ਆਪਣੇ ਦੋਸਤ ਨਾਲ ਨਾ ਮੰਮੀ 2 ਮਿੰਟ ਜਾ ਵਾਂ, ਚਲਾ ਗਿਆ। ਕਹਿੰਦੀ ਵੀ ਬੇਟਾ ਮੇਰੇ ਕੋਲ ਨੂੰ ਆਇਆ, ਅੱਜ ਦੀ ਰਾਤ ਹੈ, ਸਵੇਰੇ ਤੂੰ ਟਾਈਮ ਨਾਲ ਚਲੇ ਜਾਣਾ, ਅਤੇ ਮੇਰੇ ਕੋਲ ਅੱਜ ਰਾਤ ਰੁਕ ਲਾ, 10 ਮਿੰਟ ਲਾ ਲਾ। ਕਹਿੰਦੀ ਉਹ ਕਹਿੰਦਾ ਵੀ ਮੈਂ 10 ਮਿੰਟ 'ਚ ਬੇਬੇ, ਮੈਂ 10 ਮਿੰਟ 'ਚ ਹੀ ਆ ਗਿਆ, 10-15 ਮਿੰਟ 'ਚ ਮੈਂ ਨਾ ਕਿਤੇ ਉਹਦੇ ਨਾਲ ਜਾਣਾ, ਜਾ ਕੇ ਆ ਗਿਆ। ਜਦੋਂ 2 ਘੰਟੇ ਹੋਏ, ਮਾਤਾ ਫੋਨ ਕੀਤਾ, ਕਹਿੰਦੀ ਵੀ ਆ ਜਾ ਬੇਟਾ, ਵੀ ਮੈਂ ਤੈਨੂੰ ਕੋਈ ਗੱਲਬਾਤ ਕਰਨੀ ਹੈ, ਆ ਜਾ। ਉਹ ਫੋਨ ਚੱਕ ਕੇ ਕੱਟ ਕੇ ਕਹਿੰਦਾ ਵੀ ਮਾਤਾ ਮੈਂ ਨਾ ਕਿਤੇ ਬਿਜ਼ੀ ਹਾਂ, ਮੈਂ ਬਾਅਦ 'ਚ ਤੁਹਾਨੂੰ ਕਾਲ ਕਰਦਾ। ਚਲੋ ਜਦੋਂ ਦੁਬਾਰੇ ਕਾਲ ਕੀਤੀ, ਫੋਨ ਸਵਿੱਚ ਔਫ ਕਰਤਾ। 3-4 ਘੰਟਿਆਂ ਬਾਅਦ ਦੇਖਿਆ ਵੀ ਮਾਤ ਨੂੰ ਦੇਖੋ ਤੜਫਣਾ ਹੁੰਦੀ ਹੈ ਕਿ ਮੇਰਾ ਬੱਚਾ ਕਿੱਥੇ ਗਿਆ, ਚਲੋ ਫੋਨ ਬੰਦ ਹੋ ਗਿਆ। ਆਂਢ ਗੁਆਂਢ 'ਚ ਪੁੱਛਣਾ ਸ਼ੁਰੂ ਕੀਤਾ,
कुदरती दिमाग च आया भी आह जिहड़ा हैगा भी लड़का इहदे नाल बहुत ज़्यादा प्रेम है, चलो इहदे घर जाके पुछ लीए। जदों कुदरती उहदी भी रात नूं भी चल फोन मार के पहले देख लीए, इहनां दी मदर दा फोन नंबर सी चरणजीत कौर दा, माता ने चरणजीत कौर नूं फोन मारिया, अगों मुंडे कालू ने चुकिया जिहदा नाम मनप्रीत है, निकनेम संदीप है जां कालू, कालू दे नाते हैगा जी। उन्हें फोन चुकिया, कहिंदा जी इन्हें ओवर ड्रिंक कीती है बहुत ज़्यादा, ये रात इत्थे रुकेगा सवेरे आएगा, क्योंकि माँ की देखो तड़फना होंदी है, माँ तो रहा नहीं, माँ आपदे जेठ दे बेटे नूं नाल लैके घर गई, उन्होंने गेट खड़काए, वह सुते पे कूक सुते पे, कटोड़ा 15-20 मिनट गेट खड़काने के बावजूद फिर आए, गेट खोलिया, वो मूँह चो झग निकल रही, नक् चो झग निकली, और कहिंदे सुत्ता पिया मुंडा, उतों असी चक्या हॉस्पिटल लैके गए, हॉस्पिटल कहिंदे मुंडा डेड, सर देखो उहदे टीके दा निशान असी देखिया जी, मूँह फेस नीला रंग से उस टाइम भी, इहदे बुल भी नीले होए पए सी, फेस ते भी काफ़ी सी, और इहदे आ निशान भी है इत्थे टीके दा निशान। पुलिस कुछ भी नहीं कर रही जी, सर परचा बनता 302 दा परचा बनता, साडा बच्चा गया जी, ते पुलिस कहिंदी कुछ नहीं जी। पुलिस प्रशासन मुर्दाबाद, पुलिस प्रशासन मुर्दाबाद। ये कार्रवाई असी रविंदर सिंह पिंड जादपुर दा आ, उहदी डैथ हो गई है, दूसरे गुआंढियां दे घर दे विच, ते घर वालियां ने दस्या नहीं भी तुहाडे बच्चे दी डैथ हो गई है, जदों उहदी माता घर पहुंची जा के दो चार बंदियां नूं नाल लै के, ते किहदे कोलों देखिया जांदा कि बच्चे दी डैथ हो गई है, उहने फिर कार दा प्रबंध करके उहनूं होस्पिटल खड़िया, जिथे कि डॉक्टरां ने हाथ नहीं पाया, उहनूं कहा कि इहदी डैथ हो चुकी है। इस दे संबंध दे विच FIR नंबर 90-17-9-21 नूं अंडर सैक्शन 302 IPC दे तहत थाणा रंगण नंगल दे विच परचा दर्ज किया गया, 3 बंदियां ते बाई नेम परचा दर्ज किया गया, मनदीप सिंह एलियस कालू, चरणजीत कौर, ते नंबर 3 ते सुखविंदर सिंह, इन्हां दे खिलाफ FIR दर्ज की गई है। बाकी पोस्टमार्टम कराउण तो बाद जो भी कार्रवाई अगली होगी वो भी विच दर्ज की जाएगी। परिवार इल्जाम ला रहा है कि पिंड दे विच शरेआम ही नशा विकदा जी, नहीं इहदे बारे सानू कोई नहीं पता है कि विकदा जां नहीं विकदा, इहदे बारे कोई पता नहीं, जानकारी नहीं। अखंडी मालवी पापियां दे चक्करां विच आ के अपना कीमती समां अते पैसा ना गवाओ, इक गल तुहाडी जिंदगी बदल सकती है। काले इलम दे माहिर पंडित विक्रांत वर्मा, मेरे तो पहला काम करन वाले नु मुंह मंगिया इनाम, लव मैरिज, ब्याह च रुकावट, PR समस्या, लॉटरी नंबर, प्रेम विवाह, सौतन तो छुटकारा, व्यापार, गृह कलेश, दुश्मन तो छुटकारा, ब्याह च रुकावट, विदेश जान च रुकावट, पति पत्नी च अनबन, मनचाहा प्यार, कारोबार दा ना चलना, जादू टूना, लव मैरिज, बीमारी च दवा दा ना लगना, अपनी हर समस्या दा सही समाधान, 1 घंटे च पौन ले संपर्क करो पंडित विक्रांत वर्मा जी नु।